अच्छा जी दसो छेती। मेरे को ना एक सवाल आ, एक सवाल इन्हां नूं मैं सवेरे पाया ही, ओ भी नहीं इन्हां को सही बुझे गया। नहीं नहीं ओ मैं पूछ लही प्रीति जेड़ा तुसीं, नहीं नहीं जेड़ा तुसीं सवेरे सवाल पाया सी ना, सच पूछो मैं ध्यान ही नहीं दिता। मैंने इन्हें ध्यान नहीं दिता, चल मैं उस वाले इहदे को दोबारा पूछ लैना। मैं पता ही नहीं सी, मैं पता नहीं पहला ओ तो पहला ओ वाला सवाल एक करी पूछना, चल जवाब देना देता, पर फिर भी एक करी जेड़े देखण वाले उन्होंने कंफर्म हो जी। चल मैं बाद च पूछ लैना प्रीति कोलो, ओ तो पहला एक सवाल आ इन्हां दोनों वास्ते, ठीक है बुझोगे। दो भरा वा, वड्डे भरा की उम्र 8 साल, निक्के भरा की उम्र तो अद्धी 8 साल, वड्डा भरा 8 साल दा वा, तो निक्के भरा की उम्र तो अद्धी, वड्डे भरा तो अद्धी, हां जी 4 साल हो गई, 4 साल दी आहो, वड्डे भरा की उम्र 8 साल तो निक्के भरा की उम्र तो अद्धी, वड्डा भरा हो गया 80 साल दा तो निक्के भरा की उम्र कितनी होई? 40 चंगी तरह दसो, ਵੱਡਾ ਭਰਾ ਹੋ ਗਿਆ 40 ਸਾਲਾਂ ਦਾ, 80 ਦਾ, 80 ਦਾ, ਨਿੱਕੇ ਦੀ ਕਿੰਨੀ ਹੋਈ? ਤੇ ਅੱਧ ਦੇ ਸਾਲਾਂ ਤੇ 40 ਹੋਈ, 20 ਤੋਂ ਹੋਰ ਕਿੱਦਾਂ ਹੋ ਸਕਦਾ? ਨਹੀਂ ਨਹੀਂ ਵੈਰੀ ਗੁੱਡ, ਵੱਡਾ ਭਰਾ ਜਿਹੜਾ ਵਾ, ਹਾਂਜੀ ਉਹ 8 ਸਾਲਾਂ ਦਾ, ਹਾਂਜੀ ਤੇ ਨਿੱਕੇ ਭਰਾ ਦੀ ਉਮਰ ਉਹ ਤੋਂ ਅੱਧੀ, ਅੱਧੀ, ਵੱਡਾ ਹੋ ਗਿਆ 80 ਸਾਲਾਂ ਦਾ, ਤੂੰ ਇਹ ਕਹਿਣਾ ਵੀ ਉਹਦੀ ਚਾਲ ਲੱਗੀ ਸਮਝ ਪ੍ਰੀਤੀ, ਪ੍ਰੀਤੀ ਦਸੀ ਲੱਗੀ ਸਮਝ, ਚੁੱਪ ਕਰ ਚੁੱਪ ਕਰ, ਅੱਧੀ ਵੱਡਾ ਭਰਾ ਵਾ ਪ੍ਰੀਤੀ 8 ਸਾਲਾਂ ਦਾ, ਉਦੋਂ ਮੈਂ ਨਿੱਕਾ ਭਰਾ ਉਹਦੇ ਤੋਂ ਹਾਫ ਏਜ ਦਾ 4 ਸਾਲਾਂ ਦਾ, ਤਾਂ ਵੱਡਾ ਭਰਾ ਹੋ ਗਿਆ 80 ਸਾਲਾਂ ਦਾ, ਤੇ ਨਿੱਕੇ ਭਰਾ ਦੀ ਉਮਰ ਕਿੰਨੀ ਹੋ ਗਈ? ਛੇਤੀ ਦੱਸ, ਤੁਸੀਂ ਹੱਸਣ ਕਾ ਤੁਹਾਡੇ ਆ, ਮੈਨੂੰ ਪਤਾ ਲੱਗ ਗਿਆ, ਕੋਈ ਕੁੰਡੀ ਹੋਣੀ ਹੈ ਜਿਹੜੀ ਮੈਨੂੰ ਲੱਗ ਗਿਆ ਵਾ, ਫੇਰ ਤੇ ਹੋ ਗਈ ਨਾ ਹੋਰ, ਨਹੀਂ ਨਹੀਂ ਇਹ ਹੋ ਗਿਆ, ਚੱਲ 20 ਹੈ 20, ਪ੍ਰੀਤੀ ਤੂੰ ਤੇ ਥਾਨੋ ਹੀ, ਮੈਂ ਕਿੰਨਾ ਰਹਿ ਗਈ ਹਾਂ 10, ਵੱਡੇ ਭਰਾ ਦੀ ਉਮਰ 8 ਸਾਲ, ਨਿੱਕੇ ਦੀ 4 ਸਾਲ, ਵੱਡਾ 80 ਦਾ ਹੋ ਗਿਆ, ਤੇ ਨਿੱਕੇ ਦੀ ਕਿੰਨੀ ਹੋਈ? ਨਿੱਕਾ ਵੀ ਨਾ ਰਿਹਾ ਵੀ, ਨਹੀਂ ਨਹੀਂ ਨਾ ਉਹ ਕੋਈ ਟਾਂਦੀ ਆ, ਹਾਂ ਹਾਂਜੀ ਮੈਂ ਦੱਸਾਂ, ਹਾਂਜੀ ਉਹ ਸਿਰਫ ਉਹਦੇ ਤੋਂ 4 ਸਾਲ ਛੋਟਾ ਆ, 80ਆਂ ਚ 4 ਸਾਲ ਘਟਾ ਦੋ, ਹਾਂਜੀ ਤੇ ਕਿੰਨੀ ਉਮਰ ਹੋ ਗਈ? 76 ਆਹੋ, ਪਹਿਲਾਂ ਗਿਆ ਨਹੀਂ ਦੱਸਿਆ, ਨਹੀਂ ਪਹਿਲਾਂ ਤੂੰ ਇਹ ਸਵਾਲ ਹੀ ਇਸ ਹੱਦ ਤੱਕ ਪੁੱਛਿਆ, ਨਹੀਂ ਮੈਂ ਤਾਂ 40 ਅਜੇ ਮੈਂ ਇਹ ਦੱਸ ਦਿੰਦੀ ਉਮਰ ਅੱਧੀ ਆ, ਹਾਂ ਮੈਂ 40 ਪਰ 40 ਤੇ ਉੱਪਰ ਕਿਉਂ ਨਹੀਂ ਬੋਲਿਆ, ਕਿਉਂਕਿ ਅੱਜੀ ਸਾਹਿਬ ਮੈਂ ਕਿਹਾ ਜੇ ਭਾਬੀ ਨੇ 40 ਬੋਲਿਆ ਤੇ ਮੈਂ ਉਸ ਤੋਂ ਵੀ ਘਟਾ ਦਿੰਦੀ ਆ, ਚੱਲ ਇੱਕ ਚੁੱਪ ਕਰੋ, ਸਵੇਰ ਵਾਲਾ ਸਵਾਲ ਪ੍ਰੀਤੀ ਵਾਸਤੇ, ਕੱਲੀ ਵਾਸਤੇ, ਹਾਜ਼ਰੇ ਵੇਖ ਡਾਇਆ ਕਰੇ, ਮੈਂ ਉਹ ਵੀ ਬਾਅਦ ਚ ਬੁੱਝ ਲਿਆ ਸੀ ਥੋੜਾ ਦਿਮਾਗ, ਬਾਅਦ ਚ ਬੁੱਝ ਲਿਆ, ਚੱਲ ਪ੍ਰੀਤੀ ਵਾਸਤੇ, ਪ੍ਰੀਤੀ ਦੋ ਜਹਾਜ਼, ਦੋ ਜਹਾਜ਼ ਇੱਕ ਪਾਕਿਸਤਾਨ ਦਾ, ਮੈਂ ਸਵੇਰੇ ਵੀ ਸੁਣ ਰਹੀ ਸੀ ਪਰ ਮੈਨੂੰ ਗਾੜੀ ਨਹੀਂ ਪਤਾ ਲੱਗਾ, ਚੱਲ ਸੁਣ ਲੈ ਦੋ ਜਹਾਜ਼ ਆ, ਇੱਕ ਇੰਡੀਆ ਦਾ ਇੱਕ ਪਾਕਿਸਤਾਨ ਦਾ, ਉਹਨਾਂ ਦੇ ਆਪਸ ਵਿੱਚ ਹੋ ਗਈ ਟੱਕਰ ਇੰਡੀਆ ਦੇ ਬਾਰਡਰ ਤੇ, ਇੰਡੀਆ ਦਾ ਤੇ ਪਾਕਿਸਤਾਨ ਦਾ, ਹਨਾ ਹਾਂ, ਉਹਨਾਂ ਦੇ ਆਪਸ ਵਿੱਚ ਹੋ ਗਈ ਇੰਡੀਆ ਦੇ ਬਾਰਡਰ ਤੇ ਟੱਕਰ, ਉਹਨਾਂ ਦੇ ਵਿੱਚ ਜਿਹੜੇ ਯਾਤਰੀ ਬਚ ਗਏ ਉਹਨਾਂ ਨੂੰ ਕਿੱਥੇ ਦਫਨਾਇਆ ਜਾਊਗਾ, ਇੰਡੀਆ 'ਚ ਜਾਂ ਪਾਕਿਸਤਾਨ 'ਚ? ਸਵਾਲ ਦੋਹਰੇ ਪਾਇਓ, ਦੋ ਜਹਾਜ਼ ਆ, ਇੱਕ ਇੰਡੀਆ ਦਾ ਇੱਕ ਪਾਕਿਸਤਾਨ ਦਾ, ਦੋਵਾਂ ਦੀ ਆਪਸ ਵਿੱਚ ਟੱਕਰ ਹੋ ਗਈ ਇੰਡੀਆ ਦੇ ਬਾਰਡਰ ਤੇ, ਤਾਂ ਹੁਣ ਉਹਨਾਂ ਵਿੱਚ ਜਿਹੜੇ ਯਾਤਰੀ ਬਚ ਗਏ ਉਹਨਾਂ ਨੂੰ ਕਿੱਥੇ ਦਫਨਾਇਆ ਜਾਊਗਾ, ਇੰਡੀਆ ਵੱਲ ਕਿ ਪਾਕਿਸਤਾਨ ਵੱਲ? ਬਚ ਗਏ ਉਹ ਤੇ ਜਿੰਦੇ ਆ, ਹਾਂ ਤੇ ਜਿੰਦੇ ਆ, ਪੱਕਾ ਸੁਣ ਨਹੀਂ ਨਹੀਂ ਸੁਣਿਆ ਸੋ ਲੱਗੇ ਮੈਨੂੰ ਸਵਾਲ ਦਾ ਨਹੀਂ, ਮੈਨੂੰ ਤਾਂ ਪਤਾ ਲੱਗਾ ਜਦੋਂ ਮੈਂ ਦੋਹਰੇ ਪੁੱਛਿਆ ਨਾ, ਉਹ ਦਫਨਾਇਆ ਜਾਊਗਾ ਜਿਹੜੇ ਬਚ ਗਏ ਆ, ਬਚੇ ਤੇ ਉਹੀ ਹੋਣਾ ਜਿਹੜੇ ਜਿੰਦੇ ਹੋਏ, ਮੈਂ ਸਵੇਰੇ ਕਹੀ ਜਾਵਾਂ ਉੱਥੇ ਹੀ ਦਫਨਾਉਣਗੇ ਜਿੱਥੇ ਲਿਖਿਆ, ਚਲੋ ਸਵਾਲ ਮੰਮੀ ਨੂੰ ਪੁੱਛ ਲਈਏ, ਚਲ ਆਓ ਮੰਮੀ, ਮੰਮੀ ਨੇ ਬੁੱਝ ਲੈਣਾ, ਆ ਜਾਓ ਬਹਿ ਜਾਓ ਇੱਥੇ, ਨਹੀਂ ਇੱਥੇ ਬਹਿ ਜਾਓ, ਲਾਗੇ ਬਹਿ ਜਾਓ। ਅੱਛਾ ਮੰਮੀ ਜੀ, ਦੋ ਭਰਾ ਵਾ, ਵੱਡੇ ਭਰਾ ਦੀ ਉਮਰ ਵਾ 8 ਸਾਲ, ਤੇ ਨਿੱਕੇ ਭਰਾ ਦੀ ਉਮਰ ਆ ਉਹ ਤੋਂ ਅੱਧੀ, ਤੇ ਵੱਡਾ ਭਰਾ ਹੋ ਗਿਆ 17 ਸਾਲਾਂ ਦਾ, ਤੇ ਨਿੱਕੇ ਦੀ ਕਿੰਨੀ ਹੋਈ? 17 ਸਾਲਾਂ ਦਾ ਹੋ ਗਿਆ, 8 ਸਾਲਾਂ ਦਾ ਪ੍ਰੀਤੀ ਕਹਿੰਦੀ ਨਿੱਕੇ ਦੀ ਰਹਿ ਗਈ 20 ਸਾਲ, ਭਾਬੀ ਨੇ ਅੱਧ ਲਾ ਦਿੱਤਾ ਸੇਤੀ ਸੇਤੀ, ਕਹਿੰਦੇ 40 ਸਾਲ, ਪਰ ਜਿਹਨੂੰ ਪਤਾ ਹੋਊਗਾ ਉਹਨੇ ਜਵਾਬ ਨੀ ਦੇਣਾ, ਤੇ ਇੰਨਾ ਮੈਨੂੰ ਪਤਾ ਵੀ ਜੀ ਉਸ ਸਵਾਲ ਦਾ ਤੁਹਾਨੂੰ ਜਵਾਬ ਦਾ ਪਤਾ ਵਾ, ਜਦੋਂ ਅਸੀਂ ਕੋਈ ਚੀਜ਼ ਆਪਾਂ ਮਤਲਬ ਕਿ ਮਾਰਕੀਟ ਚੋਂ ਕੋਈ ਚੀਜ਼ ਲਿਆਂਦੀ ਆ, ਉਹਨੂੰ ਜਦੋਂ ਆਪਾਂ ਲੈਣ ਗਏ ਆ ਉਹ ਕਾਲੇ ਰੰਗ ਦੀ ਆ, ਜਦੋਂ ਉਹਨੂੰ ਆਪਾਂ ਵਰਤ ਲਿਆ ਵਾ, ਘਰ ਲਿਆ ਕੇ ਵਰਤ ਲਿਆ ਵਾ,
लाल रंग की हो गई ते वर्तन तो बाद फिर काले रंग की हो गई पता लग गया चलो हुण तुसीं चुप रहना चिट्टी हो गई चिट्टी हाफ काली हो गई वीर जी कोई गल नहीं तुसीं कवर कर ली है गल नूं चलो हुण तुहाडे दोवां लई जवाब आ हैना लैण गए काली लैण गए काली जो वर्त्या फिर चिट्टी हो गई वर्ती ओनू लाल हो गई जिहने चिट्टी हो गई मेरा सूट का रंग इदा हो जाता भाभी भाभी इशारा नहीं मन मैं तेन दस दिता एडी चला गए भाभी जो लैन चाहिए चाह पत्ती काली होंगी जो बनाई दी ओ ब्राउन रेड हो जाती है जो वर्जी दी काली होंगी मैं नहीं वर्तन वाली घर च वर्ती जाती और बिना मतलब की गुजारा नहीं है हना जो मोटा मोटा हिसाब लाया जाए खास करके व्याहां शादियां च खास करके व्याहां शादियां कोई प्रोग्राम होवे नहीं नहीं जरूर कोई प्रोग्राम होवे घर दे विच ना खास करके ओ वर्त जाती है ओ चीज ओदा नहीं नॉर्मल नहीं नॉर्मल बहुत घट मैं भी दसो भी एक बारी मैं मेरी गल पहली गल मैं आंसर पाउंदी नहीं आंसर पाउंदी नहीं क्यों ओ काली हुंदी नहीं हुंदी खान वाली चीज ही नहीं किया की कहती खान वाली नहीं हां वर्तन वाली है खास करके व्याह शादियां वर्ती जाती व्याह शादियां भोग ते कठ ते लंगरा ते हां लागा पता की अगरबत्ती नहीं ला अगरबत्ती काले रंग दी हुंदी है जी काले रंग हो जांदी है चलो ये भी हो सकदा वा हां हो सकदा बाद च दी सुवा चिट्टी रह जांदी हां लागे जाके पहुंच गया लागे जाके पहुंच गए जी इन्ना मैं तन्नू रख दिनी हां तूफ मोमबत्ती तूफ कोले अगरबत्ती एक ही चीज होंगी ना ही वखरे वखरे धूफ अलग होंगी अगरबत्ती नहीं हार गए बंदा अपने सोहरे आंदा मैं गुलगुले बनाए गुलगुले बड़ा मजा आता चलो ठीक।